ਦੇਖੋ ਜਿਹੜਾ ਬੰਦਾ ਜਿਸ ਫਰਟਰਨਿਟੀ 'ਚੋਂ ਆਉਂਦਾ, ਜਿਸ ਲੀਗ 'ਚੋਂ ਆਉਂਦਾ, ਜਿਸ ਖਿੱਤੇ 'ਚੋਂ ਆਉਂਦਾ, ਉਹਦੇ ਸਾਥੀ ਉਹਦੇ ਲਈ ਆਉਂਦੇ ਨੇ। ਔਰ ਇਹ ਸਭ ਤੋਂ ਇੰਪੋਰਟੈਂਟ ਹੁੰਦਾ ਉਸ ਬੰਦੇ ਦੇ ਕਿਰਦਾਰ ਲਈ ਕਿ ਉਹਦੇ ਲਈ ਕੋਈ ਆਉਂਦਾ ਵੀ ਹੈ ਕਿ ਨਹੀਂ ਆਉਂਦਾ, ਇੱਥੋਂ ਹੀ ਪਤਾ ਲੱਗਦਾ ਉਸ ਸ਼ਖਸੀਅਤ ਦੀ ਹਸਤੀ ਕੀ ਹੈ। ਸੋ ਕਰਮਜੀਤ ਬਹੁਤ ਸਵੀਟ ਬੰਦਾ, ਸਾਡਾ ਛੋਟਾ ਭਾਈ ਹੈ ਮੇਰਾ, ਔਰ ਦਿਲ ਦਾ ਹੀਰਾ ਹੈ, ਸੋਚ ਕਮਾਲ ਦੀ ਹੈ ਉਹਦੀ। ਸੋ ਮੈਨੂੰ ਲੱਗਦਾ ਕਿ ਜੇ ਕੁਦਰਤ ਜਦੋਂ ਉਹਨੂੰ ਮੌਕਾ ਦਿੰਦੀ ਹੈ ਪਾਰਲੀਮੈਂਟ ਦੇ ਵਿੱਚ ਪੰਜਾਬ ਪੰਜਾਬੀਅਤ ਦੀ ਗੱਲ ਕਰਨ ਦੀ, ਤਾਂ ਉਹ ਬੁਲੰਦੀ ਦੇ ਨਾਲ ਗੱਲ ਕਰੇਗਾ ਪੰਜਾਬ ਵਾਸਤੇ। ਤੁਸੀਂ ਸੰਬੋਧਨ ਕਰਦੇ ਵੀ ਕਿਹਾ ਕਿ ਪਹਿਲੀ ਵਾਰ ਤੁਸੀਂ ਚੋਣ ਪ੍ਰਚਾਰ ਦੇ ਵਿੱਚ ਆਏ ਹੋ, ਪਰ ਉਹ ਵੀ ਕਰਮਜੀਤ ਬਿਲਕੁਲ ਜੀ, ਕਿਉਂਕਿ ਭਾਈ ਹੈ ਔਰ ਉਹਨੇ ਹੱਕ ਨਾਲ ਮਾਣ ਨਾਲ ਕਿਹਾ ਕਿ ਮੇਰੇ ਲਈ ਤੁਸੀਂ ਆ ਸਕਦੇ ਹੋ। ਮੈਂ ਕਿਹਾ ਤੁਸੀਂ ਡੇ ਵਨ ਤੋਂ ਕਹਿੰਦਾ ਛੋਟੇ ਭਰਾ, ਮੈਂ ਤਾਂ ਉਦਣ ਤੋਂ ਨਾਲ ਹੋਣਾ ਸੀ। ਇਹੋ ਜਿਹੇ ਚੰਗੇ ਬੰਦੇ ਦੇ ਲਈ ਤਾਂ ਮੈਂ ਗੱਡੀ ਚਲਾ ਕੇ ਵੀ ਨਾਲ ਨਾਲ ਚੱਲਦਾ ਭਾਵੇਂ, ਪਰ ਉਹਨੂੰ ਪਤਾ ਕਿ ਅਸੀਂ ਹਮੇਸ਼ਾ ਉਹਦੇ ਨਾਲ ਹਾਂ, ਅਤੇ ਜਿੱਥੇ ਉਹਨੂੰ ਲੋੜ ਲੱਗੀ ਕਿ ਅੱਜ ਮੈਂ ਖੁਦ ਆ ਕੇ ਵੀ ਨਾਲ ਚੱਲਾਂ, ਤਾਂ ਮੈਂ ਜ਼ਰੂਰ ਆਇਆ ਜੀ। ਔਰ ਇਹ ਆਉਣਾ ਮੇਰੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਮੈਂ ਕਰਮਜੀਤ ਲਈ ਆਇਆ, ਇੱਕ ਅੱਛੇ ਇਨਸਾਨ ਲਈ। ਗੁਰਪ੍ਰੀਤ ਭਾਅ ਜੀ, ਦੂਜੇ ਪਾਸੇ ਅਗਰ ਚੁਣਾਵ ਮੈਦਾਨ ਦੀ ਗੱਲ ਕੀਤੀ ਜਾਵੇ ਤਾਂ ਹੰਸਰਾਜ ਹਾਂਜੀ ਨੇ, ਕਲਾਕਾਰ ਨੇ, ਵੱਡੇ ਭਰਾ ਮੰਨਦੇ ਨੇ ਸਾਰਿਆਂ ਨੂੰ, ਉਹਨਾਂ ਬਾਰੇ ਕੀ ਕਹੋਗੇ? ਬਹੁਤ ਸੀਨੀਅਰ ਆਰਟਿਸਟ ਨੇ ਜੀ, ਉਹਨਾਂ ਨੇ ਮਤਲਬ ਪੰਜਾਬੀ ਗਾਇਕੀ ਨੂੰ ਇੱਕ ਨਵਾਂ ਰੂਪ ਦਿੱਤਾ, ਨਵਾਂ ਆਯਾਮ ਦਿੱਤਾ ਸੀ ਪੰਜਾਬੀ ਗਾਇਕੀ 'ਚ, ਉਹਨਾਂ ਦਾ ਕੋਈ ਸਾਨੀ ਨਹੀਂ। ਔਰ ਹੁਣ ਹੰਸ ਜੀ ਕਿਉਂਕਿ ਆਪਣੀ ਇੱਕ ਵਾਰੀ ਜਿਹੜੀ ਹੈ ਉਹ ਪਾਰਲੀਮੈਂਟ 'ਚ ਲਾ ਚੁੱਕੇ ਨੇ, ਸਾਨੂੰ ਬਹੁਤ ਖੁਸ਼ੀ ਹੈ ਕਿ ਉਹਨਾਂ ਨੇ ਵੀ ਰਿਪ੍ਰਜੈਂਟ ਕੀਤਾ ਹੈ ਨਾ ਆਪਣੀ ਕਲਾ ਜਗਤ ਨੂੰ। ਅਤੇ ਅੱਜ ਜਦੋਂ ਵਕਤ ਦੇ ਨਾਲ ਚੀਜ਼ਾਂ ਚੇਂਜ ਹੁੰਦੀਆਂ ਨੇ ਤਾਂ ਲੋਕਾਂ ਦਾ ਦਿਲ ਕਰਦਾ ਕਿ ਅਲੱਗ ਅਲੱਗ ਰੂਪਾਂ ਦੇ ਵਿੱਚ ਜਾ ਕੇ ਕਲਾਕਾਰ ਉੱਥੇ ਰਿਪ੍ਰਜੈਂਟੇਸ਼ਨ ਦੇਣ, ਅਤੇ ਇਸ ਕਰਕੇ ਉਹਨਾਂ ਨੂੰ ਵੀ ਕੁਦਰਤ ਨੇ ਮੌਕਾ ਦਿੱਤਾ ਅਤੇ ਉਹ ਵੀ ਪਾਰਲੀਮੈਂਟ ਦੇ ਵਿੱਚ 5 ਸਾਲ ਆਪਣਾ ਸੋਹਣਾ ਸਮਾਂ ਬਿਤਾ ਕੇ ਆਏ ਨੇ। ਕੀ ਕਹੋਗੇ ਕਰਮਜੀਤ ਬਾਰੇ ਆਪਣੇ ਅੰਦਾਜ਼ ਦੇ ਵਿੱਚ ਲੋਕਾਂ ਨੂੰ ਕਿਸ ਤਰ੍ਹਾਂ ਅਪੀਲ ਕਰੋਗੇ? ਬਿਲਕੁਲ ਜੀ, ਕਿ ਕਲਾਕਾਰ ਹੈ, ਕਲਾਕਾਰ ਆਪਣੇ ਕਿਰਦਾਰ ਨੂੰ ਚੰਗੀ ਤਰ੍ਹਾਂ ਪਛਾਣਦਾ ਹੁੰਦਾ, ਆਪਣੇ ਕਿਰਦਾਰ ਦੇ ਦਾਇਰੇ ਨੂੰ ਚੰਗੀ ਤਰ੍ਹਾਂ ਪਛਾਣਦਾ ਹੁੰਦਾ। ਸੋ ਕਰਮਜੀਤ ਸਿਰਫ ਇੱਕ ਕਮੇਡੀਅਨ ਨਹੀਂ ਹੈ, ਕਰਮਜੀਤ ਇੱਕ ਸੂਖਮ ਦਰਸ਼ੀ ਕਲਾਕਾਰ ਹੈ, ਉਹ ਕਿਰਦਾਰ ਨੂੰ ਨਿਭਾਉਣਾ ਜਾਣਦਾ, ਜਜ਼ਬਾਤ ਨੂੰ ਸਮਝਦਾ। ਸੋ ਮੇਰਾ ਮੰਨਣਾ ਹੈ ਕਿ ਉਹ ਇੱਕ ਬਹੁਤ ਵਧੀਆ ਮੈਂਬਰ ਪਾਰਲੀਮੈਂਟ ਸਾਬਤ ਹੋਏਗਾ। ਕਰ ਦੇਖੋ ਜਿਹੜਾ ਬੰਦਾ ਜਿਸ ਫਰਟਰਨਿਟੀ 'ਚੋਂ ਆਉਂਦਾ, ਜਿਸ ਲੀਗ 'ਚੋਂ ਆਉਂਦਾ, ਜਿਸ ਖਿੱਤੇ 'ਚੋਂ ਆਉਂਦਾ, ਉਹਦੇ ਸਾਥੀ ਉਹਦੇ ਲਈ ਆਉਂਦੇ ਨੇ। ਔਰ ਇਹ ਸਭ ਤੋਂ ਇੰਪੋਰਟੈਂਟ ਹੁੰਦਾ ਉਸ ਬੰਦੇ ਦੇ ਕਿਰਦਾਰ ਲਈ ਕਿ ਉਹਦੇ ਲਈ ਕੋਈ ਆਉਂਦਾ ਵੀ ਹੈ ਕਿ ਨਹੀਂ ਆਉਂਦਾ, ਇੱਥੋਂ ਹੀ ਪਤਾ ਲੱਗਦਾ ਉਸ ਸ਼ਖਸੀਅਤ ਦੀ ਹਸਤੀ ਕੀ ਹੈ। ਸੋ ਕਰਮਜੀਤ ਬਹੁਤ ਸਵੀਟ ਬੰਦਾ, ਸਾਡਾ ਛੋਟਾ ਭਾਈ ਹੈ ਮੇਰਾ, ਔਰ ਦਿਲ ਦਾ ਹੀਰਾ ਹੈ, ਸੋਚ ਕਮਾਲ ਦੀ ਹੈ ਉਹਦੀ। ਸੋ ਮੈਨੂੰ ਲੱਗਦਾ ਕਿ ਜੇ ਕੁਦਰਤ ਜਦੋਂ ਉਹਨੂੰ ਮੌਕਾ ਦਿੰਦੀ ਹੈ ਪਾਰਲੀਮੈਂਟ ਦੇ ਵਿੱਚ ਪੰਜਾਬ ਪੰਜਾਬੀਅਤ ਦੀ ਗੱਲ ਕਰਨ ਦੀ, ਤਾਂ ਉਹ ਬੁਲੰਦੀ ਦੇ ਨਾਲ ਗੱਲ ਕਰੇਗਾ ਪੰਜਾਬ ਵਾਸਤੇ। ਤੁਸੀਂ ਸੰਬੋਧਨ ਕਰਦੇ ਵੀ ਕਿਹਾ ਕਿ ਪਹਿਲੀ ਵਾਰ ਤੁਸੀਂ ਚੋਣ ਪ੍ਰਚਾਰ ਦੇ ਵਿੱਚ ਆਏ ਹੋ, ਪਰ ਉਹ ਵੀ ਕਰਮਜੀਤ ਬਿਲਕੁਲ ਜੀ, ਕਿਉਂਕਿ ਭਾਈ ਹੈ ਔਰ ਉਹਨੇ ਹੱਕ ਨਾਲ ਮਾਣ ਨਾਲ ਕਿਹਾ ਕਿ ਮੇਰੇ ਲਈ ਤੁਸੀਂ ਆ ਸਕਦੇ ਹੋ। ਮੈਂ ਕਿਹਾ ਤੁਸੀਂ ਡੇ ਵਨ ਤੋਂ ਕਹਿੰਦਾ ਛੋਟੇ ਭਰਾ, ਮੈਂ ਤਾਂ ਉਦਣ ਤੋਂ ਨਾਲ ਹੋਣਾ ਸੀ। ਇਹੋ ਜਿਹੇ ਚੰਗੇ ਬੰਦੇ ਦੇ ਲਈ ਤਾਂ ਮੈਂ ਗੱਡੀ ਚਲਾ ਕੇ ਵੀ ਨਾਲ ਨਾਲ ਚੱਲਦਾ ਭਾਵੇਂ, ਪਰ ਉਹਨੂੰ ਪਤਾ ਕਿ ਅਸੀਂ ਹਮੇਸ਼ਾ ਉਹਦੇ ਨਾਲ ਹਾਂ, ਅਤੇ ਜਿੱਥੇ ਉਹਨੂੰ ਲੋੜ ਲੱਗੀ ਕਿ ਅੱਜ ਮੈਂ ਖੁਦ ਆ ਕੇ ਵੀ ਨਾਲ ਚੱਲਾਂ, ਤਾਂ ਮੈਂ ਜ਼ਰੂਰ ਆਇਆ ਜੀ। ਔਰ ਇਹ ਆਉਣਾ ਮੇਰੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਮੈਂ ਕਰਮਜੀਤ ਲਈ ਆਇਆ, ਇੱਕ ਅੱਛੇ ਇਨਸਾਨ ਲਈ। ਗੁਰਪ੍ਰੀਤ ਭਾਅ ਜੀ, ਦੂਜੇ ਪਾਸੇ ਅਗਰ ਚੋਣਾਂ ਮੈਦਾਨ ਦੀ ਗੱਲ ਕੀਤੀ ਜਾਵੇ ਤਾਂ ਹੰਸਰਾਜ ਹਾਂਜੀ ਨੇ, ਕਲਾਕਾਰ ਨੇ, ਵੱਡੇ ਭਰਾ ਮੰਨਦੇ ਨੇ ਸਾਰਿਆਂ ਨੂੰ, ਉਹਨਾਂ ਬਾਰੇ ਕੀ ਕਹੋਗੇ? ਬਹੁਤ ਸੀਨੀਅਰ ਆਰਟਿਸਟ ਨੇ ਜੀ, ਉਹਨਾਂ ਨੇ ਮਤਲਬ ਪੰਜਾਬੀ ਗਾਇਕੀ ਨੂੰ ਇੱਕ ਨਵਾਂ ਰੂਪ ਦਿੱਤਾ, ਨਵਾਂ ਆਯਾਮ ਦਿੱਤਾ ਸੀ ਪੰਜਾਬੀ ਗਾਇਕੀ 'ਚ, ਉਹਨਾਂ ਦਾ ਕੋਈ ਸਾਨੀ ਨਹੀਂ। ਔਰ ਹੁਣ ਹੰਸ ਜੀ ਕਿਉਂਕਿ ਆਪਣੀ ਇੱਕ ਵਾਰੀ ਜਿਹੜੀ ਹੈ ਉਹ ਪਾਰਲੀਮੈਂਟ 'ਚ ਲਾ ਚੁੱਕੇ ਨੇ, ਸਾਨੂੰ ਬਹੁਤ ਖੁਸ਼ੀ ਹੈ ਕਿ ਉਹਨਾਂ ਨੇ ਵੀ
ਰਿਪ੍ਰਜੈਂਟ ਕੀਤਾ ਹੈ ਨਾ ਆਪਣੀ ਕਲਾ ਜਗਤ ਨੂੰ। ਅਤੇ ਅੱਜ ਜਦੋਂ ਵਕਤ ਦੇ ਨਾਲ ਚੀਜ਼ਾਂ ਚੇਂਜ ਹੁੰਦੀਆਂ ਨੇ ਤਾਂ ਲੋਕਾਂ ਦਾ ਦਿਲ ਕਰਦਾ ਕਿ ਅਲੱਗ ਅਲੱਗ ਰੂਪਾਂ ਦੇ ਵਿੱਚ ਜਾ ਕੇ ਕਲਾਕਾਰ ਉੱਥੇ ਰਿਪ੍ਰਜੈਂਟੇਸ਼ਨ ਦੇਣ, ਅਤੇ ਇਸ ਕਰਕੇ ਉਹਨਾਂ ਨੂੰ ਵੀ ਕੁਦਰਤ ਨੇ ਮੌਕਾ ਦਿੱਤਾ ਅਤੇ ਉਹ ਵੀ ਪਾਰਲੀਮੈਂਟ ਦੇ ਵਿੱਚ 5 ਸਾਲ ਆਪਣਾ ਸੋਹਣਾ ਸਮਾਂ ਬਿਤਾ ਕੇ ਆਏ ਨੇ। ਕੀ ਕਹੋਗੇ ਕਰਨ ਜੀ ਤੁਹਾਨੂੰ ਬਾਰੇ ਆਪਣੇ ਅੰਦਾਜ਼ ਦੇ ਵਿੱਚ ਲੋਕਾਂ ਨੂੰ ਕਿਸ ਤਰ੍ਹਾਂ ਅਪੀਲ ਕਰੋਗੇ? ਬਿਲਕੁਲ ਜੀ, ਕਿ ਕਲਾਕਾਰ ਹੈ, ਕਲਾਕਾਰ ਆਪਣੇ ਕਿਰਦਾਰ ਨੂੰ ਚੰਗੀ ਤਰ੍ਹਾਂ ਪਛਾਣਦਾ ਹੁੰਦਾ, ਆਪਣੇ ਕਿਰਦਾਰ ਦੇ ਦਾਇਰੇ ਨੂੰ ਚੰਗੀ ਤਰ੍ਹਾਂ ਪਛਾਣਦਾ ਹੁੰਦਾ। ਸੋ ਕਰਮਜੀਤ ਸਿਰਫ ਇੱਕ ਕਮੇਡੀਅਨ ਨਹੀਂ ਹੈ, ਕਰਮਜੀਤ ਇੱਕ ਸੂਖਮ ਦਰਸ਼ੀ ਕਲਾਕਾਰ ਹੈ। ਉਹ ਕਿਰਦਾਰ ਨੂੰ ਨਿਭਾਉਣਾ ਜਾਣਦਾ, ਜਜ਼ਬਾਤ ਨੂੰ ਸਮਝਦਾ। ਸੋ ਮੇਰਾ ਮੰਨਣਾ ਹੈ ਕਿ ਉਹ ਇੱਕ ਬਹੁਤ ਵਧੀਆ ਮੈਂਬਰ ਪਾਰਲੀਮੈਂਟ ਸਾਬਤ ਹੋਏਗਾ।